ਆਨਸਰਸ ਟੂ ਦਾ ਫਾਲਿੰਗ ਕੁਐਸਚਨਸ ਹੇਠਾਂ ਦਿੱਤੇ ਪ੍ਰਸ਼ਨਾਂ ਦੇ ਉੱਤਰ ਦਿਓ ਪਹਿਲਾ ਕੁਐਸਚਨ ਵਾਟ ਪਲੇਸਿਸ ਡੂ ਦਾ ਟ੍ਰੇਨਸ ਗੋ ਟੂ ਕਿਹੜੀਆਂ ਜਗ੍ਹਾਵਾਂ ਤੋਂ ਜਿਹੜੀਆਂ ਰੇਲਾਂ ਜਾਂਦੀਆਂ ਨੇ ਠੀਕ ਹੈ ਇਹਦਾ ਉੱਤਰ ਹੈ ਦਾ ਟ੍ਰੇਨਸ ਗੋ ਟੂ ਓਵਰ ਦਾ ਮਾਉਂਟੇਨਸ ਪਲੇਨਸ ਐਂਡ ਰਿਵਰਸ ਜਿਹੜੀਆਂ ਰੇਲ ਗੱਡੀਆਂ ਨੇ ਉਹ ਪਹਾੜਾਂ ਦੇ ਉੱਪਰੋਂ ਧਰਤੀ ਦੇ ਉੱਪਰੋਂ ਤੇ ਨਦੀਆਂ ਦੇ ਉੱਪਰੋਂ ਜਾਂਦੀਆਂ ਨੇ ਸੈਕਿੰਡ ਕੁਐਸਚਨ ਵਾਟ 杜 ਦੇ ਕੈਰੀ ਰੇਲ ਗੱਡੀਆਂ ਆਪਣੇ ਨਾਲ ਕੀ ਲੈ ਕੇ ਜਾਂਦੀਆਂ ਨੇ ਆਨਸਰ ਪੈਸੈਂਜਰਸ ਐਂਡ ਮੇਲਸ ਪੈਸੈਂਜਰਸ ਮੀਨਸ ਯਾਤਰੀ ਮੇਲਸ ਮੀਨਸ ਚਿੱਠੀਆਂ ਆਰ ਦਾ ਪ੍ਰੀਸ਼ੀਅਸ ਲੋਡ ਥੈਟ ਦੇ ਕੈਰੀ ਕਿ ਜਿਹੜੇ ਯਾਤਰੀ ਤੇ ਜਿਹੜੇ ਸੰਦੇਸ਼ੇ ਨੇ ਇਹ ਕੀਮਤੀ ਸਮਾਨ ਜੜੀਆਂ ਰੇਲ ਗੱਡੀਆਂ ਲੈ ਕੇ ਜਾਂਦੀਆਂ ਨੇ 3rd ਵਨ ਕੁਐਸਚਨ ਵਾਈ ਡਸ ਦਾ ਪੋਇਟ ਕਾਲ ਪੈਸੈਂਜਰਸ ਐਂਡ ਮੇਲ ਆਰ ਪ੍ਰੀਸ਼ੀਅਸ ਲੋਡਸ ਕਿ ਜਿਹੜਾ ਕਵੀ ਐ ਉਸਨੇ ਯਾਤਰੀਆਂ ਨੂੰ ਅਤੇ ਸਾਡੀਆਂ ਚਿੱਠੀਆਂ ਨੂੰ ਕੀਮਤੀ ਸਮਾਨ ਕਿਉਂ ਕਿਹਾ ਇਹਦਾ ਆਨਸਰ ਆ the poet called passengers and mail as precious load because they are very important kavi ne yatriyan nu ate sandeshian nu kimti is karke kaha kyunki eh bahut mahatvapurn han fourth one question where do that trains run ki jadiyan rail gadiyan ne oh kithe doddiyan ne ਇਦਾ ਜਿਹੜਾ ਆਨਸਰ ਹੈ ਫਰਸਟ ਵਨ ਜਿਹੜਾ ਆਨਸਰ ਹੈ ਉਹਦੇ ਹੀ ਤਰ੍ਹਾਂ ਹੈ ਦ ਟ੍ਰੇਨਸ ਰਨ ਓਵਰ ਦਾ ਮਾਊਂਟੇਨਸ ਪਲੇਨਸ ਐਂਡ ਦਾ ਰਿਵਰਸ ਰੇਲ ਗੱਡੀਆਂ ਪਹਾੜਾਂ ਦੇ ਉੱਪਰ ਦੌੜਦੀਆਂ ਨੇ ਧਰਤੀ ਦੇ ਉੱਪਰ ਤੇ ਨਦੀਆਂ ਦੇ ਉੱਪਰ ਦੌੜਦੀਆਂ ਨੇ ਵਾਟ ਆਰ ਫਰੇਟ ਕਾਰਸ ਸਾਡਾ 5ਵਾਂ ਕੁਐਸਚਨ ਹੈ ਕਿ ਮਾਲ ਗੱਡੀਆਂ ਕੀ ਹਨ ਫਰੇਟ ਕਾਰਸ ਮੀਨਸ ਮਾਲ ਗੱਡੀਆਂ ਮਾਲ ਗੱਡੀਆਂ ਕਿੰਨਾਂ ਨੂੰ ਕਿਹਾ ਜਾਂਦਾ ਵਾ ਜਿਨ੍ਹਾਂ ਦੇ ਵਿੱਚ ਮੀਨਸ ਕੀ ਕਾਫੀ ਲੋਡ ਹੁੰਦਾ ਹੈ ਤੇ ਜਿਸ ਤਰ੍ਹਾਂ ਕੋਇਲਾ ਹੋ ਗਿਆ ਜਿਸ ਤਰ੍ਹਾਂ ਇੱਕ ਸਟੇਟ ਤੋਂ ਦੂਸਰੀ ਸਟੇਟ ਦੇ ਵਿੱਚ ਅਨਾਜ ਪਚਵਾਣਾ ਭਿਜਵਾਣਾ ਹੋਏ ਠੀਕ ਹੈ ਨਾ ਉਹਨਾਂ ਨੂੰ ਅਸੀਂ ਮਾਲ ਗੱਡੀਆਂ ਕਿਹਾ ਜਾਂਦਾ ਵਾ ਉਹਦੇ ਵਿੱਚ ਸਿਰਫ ਮੀਨਸ ਕੀ ਜਿਹੜਾ ਸਮਾਨ ਹੈ ਉਹੀ ਹੁੰਦਾ ਹੈ ਕੋਈ ਪਸੰਚ ਨਹੀਂ ਹੁੰਦਾ ਇਹਦਾ ਆਨਸਰ ਹੈ ਟ੍ਰੇਨਸ ਵਿਚ ਕੈਰੀ ਗੂਡਸ ਆਰ ਕਾਲਡ ਫਰੇਟ ਕਾਰਟਸ ਕਿ ਉਹ ਰੇਲ ਗੱਡੀਆਂ ਜਿਹੜੀਆਂ ਸਮਾਨ ਲੈ ਕੇ ਜਾਂਦੀਆਂ ਨੇ ਉਹਨਾਂ ਨੂੰ ਫਰੇਟ ਕਾਰਟਸ ਮੀਨਸ ਮਾਲ ਗੱਡੀਆਂ ਕਿਹਾ ਜਾਂਦਾ ਹੈ ਠੀਕ ਹੈ ਹੁਣ ਸਾਡੀ ਐਕਟੀਵਿਟੀ ਨੰਬਰ 4